ਪਟਿਆਲਾ ਤੋਂ ਗੁਰਮਿੰਦਰ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਪੂਰੇ ਪੰਜਾਬ ਵਿੱਚ ਬੇਅਦਬੀਆਂ ਦੇ ਸੰਬੰਧ ਵਿੱਚ ਨੌਵੀਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਤੋਂ ਅਰਦਾਸ ਉਪਰੰਤ ਗੁਰਮਿੰਦਰ ਸਿੰਘ ਨੇ ਪੈਦਲ ਯਾਤਰਾ ਸ਼ੁਰੂ ਕੀਤੀ। ਪਟਿਆਲਾ ਤੋਂ ਚੱਲ ਕੇ ਨਾਭੇ ਦੀ ਧਰਤੀ 'ਤੇ ਪਹੁੰਚ ਕੇ ਗੁਰਦੁਆਰਾ ਬਾਬਾ ਅਜਪਾਲ ਸਿੰਘ ਜੀ ਘੋੜੀਆਂ ਵਾਲਾ ਸਾਹਿਬ ਵਿਖੇ ਪੁੱਜ ਕੇ ਗੁਰੂ ਘਰ ਨਤਮਸਤਕ ਹੋਏ। ਇਸ ਮੌਕੇ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਮੰਨਦੇ, ਗੁਰੂ ਆਪਣੇ ਆਪ ਦੋਸ਼ੀਆਂ ਨੂੰ ਸਜ਼ਾ ਦੇਣ ਗਏ। ਇਹ ਯਾਤਰਾ ਪਟਿਆਲਾ ਤੋਂ ਪੈਦਲ ਬਰਗਾੜੀ ਮੋਰਚੇ ਵਿੱਚ ਜਾ ਕੇ ਨਤਮਸਤਕ ਹੋਵਾਂਗੇ। ਨਾਲ ਹੀ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਮੇਰੇ ਨਾਲ ਸੰਗਤ ਕਰਨਾ ਚਾਹੁੰਦਾ ਹੈ ਉਹ ਸ਼ਾਮਿਲ ਹੋ ਸਕਦਾ। ਸਤਨਾਮ ਦਾ ਜਾਪ ਕਰਕੇ ਇਹ ਯਾਤਰਾ ਸੰਪੂਰਨ ਹੋਵੇਗੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਰਦਾਰ ਗੁਰਮਿੰਦਰ ਸਿੰਘ ਜੀ ਵੱਲੋਂ ਮਨ ਵਿੱਚ ਰੋਸ ਲੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਯਾਤਰਾ ਆਰੰਭੀ ਗਈ ਹੈ, ਅੱਜ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਉਹਨਾਂ ਦਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਗੁਰਦੁਆਰਾ ਸਾਹਿਬ ਘੋੜਿਆਂ ਵਾਲਾ ਵਿਖੇ ਜਿੱਥੇ ਸਨਮਾਨ ਕੀਤਾ ਗਿਆ ਉੱਥੇ ਉਹਨਾਂ ਨੂੰ ਜੀਆਂ ਆਖਿਆ, ਕਿਉਂਕਿ ਉਹਨਾਂ ਨੇ ਆਪਣੇ ਮਨ ਵਿੱਚ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਵੱਡੀ ਭਾਵਨਾ ਰੱਖੀ ਹੈ। ਪੰਥਕ ਸਰਕਾਰ ਦੇ ਹੁੰਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁ ਗਿਣਤੀ ਵਿੱਚ ਪੰਜਾਬ 'ਚ ਥਾਂ ਥਾਂ 'ਤੇ, ਖਾਸ ਕਰਕੇ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਜੋ ਬੇਅਦਬੀ ਹੋਈ ਹੈ ਉਹ ਇੰਨੀ ਵੱਡੀ ਨਿੰਦਣਯੋਗ ਹੈ ਕਿ ਮੈਂ ਕਹਾਂਗਾ ਕਿ ਇਹ ਵੱਡਾ ਪਾਪ ਹੋਇਆ, ਜਿਸ ਵਾਸਤੇ ਸਮੁੱਚੀ ਮਾਨਵਤਾ ਦੇ ਮਨ 'ਚ ਵੱਡਾ ਰੋਸ ਹੈ। ਸਮੁੱਚੀ ਕੌਮ ਦੀ ਅਣਖ ਅਤੇ ਗੈਰਤ ਨੂੰ ਹਲੂਣਾ ਦੇਣ ਵਾਸਤੇ ਉਹਨਾਂ ਨੇ ਅੱਜ ਜੋ ਟੀਚਾ ਮਿੱਥਿਆ, ਪੈਦਲ ਬਰਗਾੜੀ ਅਤੇ ਉਸ ਤੋਂ ਬਾਅਦ ਟੁੱਟੀ ਗੰਢੀ ਸਾਹਿਬ ਜਾ ਕੇ ਅਰਦਾਸ ਕਰਨ ਦਾ, ਉਹ ਬੜਾ ਵੱਡਾ ਸ਼ਲਾਘਾਯੋਗ ਕਦਮ ਹੈ। ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਵੱਲੋਂ ਦਿੱਤੇ ਹਲੂਣੇ ਦੇ ਨਾਲ ਨਾਲ ਆਪ ਵੀ ਆਪਣੇ ਆਪਣਾ ਹਲੂਣਾ ਦੇਣ ਅਤੇ ਮਹਾਰਾਜ ਦੀ ਹੋਈ ਬੇਅਦਬੀ ਸੰਬੰਧੀ ਆਵਾਜ਼ ਬੁਲੰਦ ਕਰਨ, ਤਾਂ ਜੋ ਦੋਸ਼ੀਆਂ ਨੂੰ ਉਹਨਾਂ ਦੇ ਸਹੀ ਟਿਕਾਣੇ ਜੇਲ੍ਹਾਂ ਵਿੱਚ ਭੇਜਿਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਆਪਣੇ ਸ਼ਹਿਰ ਵਿਖੇ ਸਰਦਾਰ ਗੁਰਮਿੰਦਰ ਸਿੰਘ ਜੀ, ਜਿਨ੍ਹਾਂ ਨੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਨਾ ਸਹਾਰਦੇ ਹੋਏ ਇੱਕ ਐਡਾ ਵੱਡਾ ਕਦਮ ਚੁੱਕਿਆ ਹੈ ਕਿ ਸਤਿਗੁਰਾਂ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਪੈਦਲ ਯਾਤਰਾ ਪਟਿਆਲੇ ਤੋਂ ਆਰੰਭੀ ਹੈ, ਅੱਜ ਉਹ ਨਾਭੇ ਵਿਖੇ ਪਹੁੰਚੇ ਨੇ। ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ 'ਤੇ ਹਾਰਦਿਕ ਸਵਾਗਤ ਵੀ ਕੀਤਾ ਅਤੇ ਇਸ ਗੱਲ ਦਾ ਰੋਸ ਵੀ ਜਿਤਾਇਆ ਸਾਰੀਆਂ ਸੰਗਤਾਂ ਨੇ ਕਿ ਜਿੱਥੇ ਉਹਨਾਂ ਦੇ ਮਨ ਦੇ ਵਿੱਚ ਐਡਾ ਵੱਡਾ ਫਲਸਫਾ ਹੈ, ਸਾਨੂੰ ਵੀ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਕਿ ਅਸੀਂ ਸਾਰੇ ਇਕੱਤਰਿਤ ਹੋਈਏ, ਪੰਥ ਸਾਰਾ ਇਕੱਤਰਿਤ ਹੋਵੇ। ਇਹ ਜਿਹੜੀ ਇਕੱਤਰਤਾ ਜਿੰਨਾ ਚਿਰ ਨਹੀਂ ਹੁੰਦੀ, ਜਿੰਨਾ ਚਿਰ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ, ਉਹਨਾਂ ਚਿਰ ਜਿਹੜੀਆਂ ਪੰਥ ਦੀਆਂ ਦੁਖੀ ਸ਼ਕਤੀਆਂ ਨੇ ਉਹ ਲਗਾਤਾਰ ਪੰਥ ਨੂੰ ਵਖੇਰੂ ਵਖੇਰੂ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੇ ਲੈ ਬੁਲਾਏ। ਜਿੰਨਾ ਚਿਰ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ, ਉਹਨਾਂ ਚਿਰ ਇਹ ਦੂਜੀਆਂ ਸ਼ਕਤੀਆਂ ਇਹ ਕਾਰਜ ਕਰਦੀਆਂ ਰਹਿਣਗੀਆਂ। ਅਸੀਂ ਸਾਰੇ ਇਕੱਠੇ ਹੋਈਏ, ਇੱਕ ਪਲੇਟਫਾਰਮ 'ਤੇ ਇਕੱਠੇ ਹੋਈਏ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਿਨਾਉਣੀਆਂ ਹਰਕਤਾਂ ਨੇ, ਘਟਨਾਵਾਂ ਨੇ, ਉਹ ਦੁਬਾਰਾ ਕਦੇ ਵੀ ਇਸ ਤਰ੍ਹਾਂ ਦੀਆਂ ਨਾ ਵਾਪਰਨ। ਅੱਜ ਸਾਰੇ ਸਿੱਖਾਂ ਦੇ ਜਿਹੜੇ ਹਿਰਦੇ ਨੇ, ਇਕੱਲੇ ਸਿੱਖਾਂ ਦੇ ਹੀ ਨਹੀਂ ਮੈਂ ਕਹਾਂਗਾ, ਸਾਰੇ ਸਮਾਜ ਦੇ ਹਰੇਕ ਪ੍ਰਾਣੀ ਦੇ ਹਿਰਦੇ ਜਿਹੜੇ ਨੇ ਬਲੂੰਦਰੇ ਹੋਏ ਨੇ ਕਿ ਐਡੀ ਪਵਿੱਤਰ ਬਾਣੀ ਦੇ ਅੰਗ ਜਿਹੜੇ ਨੇ ਉਹ ਉਹਨਾਂ ਦੀ ਇੰਨੀ ਬੇਅਦਬੀ ਹੋਈ ਹੋਵੇ ਅਤੇ ਅਸੀਂ ਅੱਜ ਹੱਥ 'ਤੇ ਹੱਥ ਧਰ ਕੇ ਬੈਠੇ ਹੋਈਏ। ਇਸ ਤਰ੍ਹਾਂ ਦਾ ਕਦੇ ਵੀ ਨਹੀਂ ਸੀ ਹੋਣਾ ਚਾਹੀਦਾ, ਨਾ ਹੀ ਅੱਗੇ ਤੋਂ ਕਦੀ ਹੋਵੇ। ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ, ਪੰਥ ਦੀ ਸਦਾ ਚੜ੍ਹਦੀ ਕਲਾ ਹੋਵੇ, ਪੰਥ ਸਾਰਾ ਇਕੱਤਰਿਤ ਹੋਵੇ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਅੱਗੇ ਤੋਂ ਕਦੀ ਵੀ ਨਾ ਵਾਪਰੇ। ਅਸੀਂ ਇੱਕ ਵਾਰੀ ਫਿਰ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ
ਗੁਰਮਿੰਦਰ ਸਿੰਘ ਜੀ ਦਾ ਇੱਥੇ ਪਹੁੰਚਣ 'ਤੇ ਹਾਰਦਿਕ ਸਵਾਗਤ ਕਰਦੇ ਹਾਂ ਔਰ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਜੋ ਇਹ ਮਿਸ਼ਨ ਲੈ ਕੇ ਚੱਲੇ ਨੇ ਉਹ ਇਹਨਾਂ ਦਾ ਇਕੱਲਿਆਂ ਦਾ ਮਿਸ਼ਨ ਨਹੀਂ, ਇਹ ਸਾਰੀ ਸਿੱਖ ਕੌਮ ਦਾ ਮਿਸ਼ਨ ਹੈ। ਇਹਨਾਂ ਦਾ ਜਿਹੜੀ ਯਾਤਰਾ ਹੈ ਉਹ ਸਫਲ ਹੋਵੇ, ਇਹਨਾਂ ਨੂੰ ਸ਼ਕਤੀ ਮਿਲੇ ਤਾਂ ਕਿ ਉੱਥੇ ਪਹੁੰਚ ਕੇ ਇਹਨਾਂ ਦਾ ਜਿਹੜਾ ਹੈਗਾ ਕਾਰਜ ਪੂਰਾ ਹੋਵੇ ਅਤੇ ਅੱਗੇ ਤੋਂ ਕਦੀ ਵੀ ਇਸ ਤਰ੍ਹਾਂ ਦਾ ਕਾਰਜ ਨਾ ਹੋ ਸਕੇ। ਇਹਨਾਂ ਸ਼ਬਦਾਂ ਦੇ ਨਾਲ ਅਸੀਂ ਇੱਕ ਵਾਰੀ ਫਿਰ ਇੱਥੋਂ ਦੀਆਂ ਸਾਰੀਆਂ ਸੰਗਤਾਂ ਵੱਲੋਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ 'ਚ ਰੱਖਣ ਅਤੇ ਹੋਰ ਵੀ ਹਿੰਮਤ ਅਤੇ ਹੌਸਲਾ ਬਖਸ਼ਣ ਤਾਂ ਕਿ ਇਹ ਸਾਰਾ ਕਾਰਜ ਹੈ ਨਿਰਵਿਘਨ ਸੰਪੂਰਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਜੀ, ਸਨ 2015 ਦੇ ਵਿੱਚ ਸਾਰਾ ਵਰਤਾਰਾ ਹੁੰਦਾ ਹੈਗਾ, ਸਾਡੇ ਗੁਰੂ ਦੇ ਅੰਗਾਂ ਨਾਲ ਛੇੜਖਾਨੀ ਹੁੰਦੀ ਆ, ਉਹਨਾਂ ਦੀ ਬੇਅਦਬੀ ਹੁੰਦੀ ਆ, ਅਤੇ ਉਦੋਂ ਤੋਂ ਹੀ ਮੈਂ ਦੇਖਦਾ ਆ ਰਿਹਾ ਸੀ ਕਿ ਸਿੰਘ ਕੋਸ਼ਿਸ਼ ਤਾਂ ਬਹੁਤ ਕਰ ਰਹੇ ਨੇ ਪਰ ਅਸੀਂ ਕਿਤੇ ਨਾ ਕਿਤੇ ਬੰਨੇ ਹੋਏ ਹਾਂ, ਕਾਨੂੰਨ ਦੇ ਵਿੱਚ ਬੰਨੇ ਹੋਏ ਹਾਂ ਜਾਂ ਅਸੀਂ ਗੁਰੂਆਂ ਵੱਲੋਂ ਦਰਸਾਏ ਹੋਏ ਰਾਹ ਦੇ ਵਿੱਚ ਬੰਨੇ ਹੋਏ ਹਾਂ, ਕਿਉਂਕਿ ਗੁਰੂਆਂ ਨੇ ਕਿਹਾ ਅਸੀਂ ਕਿਸੇ 'ਤੇ ਹਮਲਾ ਨਹੀਂ ਕਰਨਾ, ਕੋਈ ਹਮਲਾ ਕਰੇ ਵੀ ਤਾਂ ਅਸੀਂ ਜਵਾਬ ਹੀ ਨਹੀਂ ਦੇਣਾ ਹੈਗਾ, ਸਿਰਫ ਇਨਸਾਨੀ ਹੱਕਾਂ ਦੇ ਰੱਖਿਆ ਲਈ ਅਸੀਂ ਕਦੇ ਵੀ ਕੋਈ ਕਦਮ ਵੱਡਾ ਚੱਕ ਸਕਦੇ ਹਾਂ। ਪਰ ਜਦੋਂ ਸਾਡੇ ਹੀ ਹੱਕ ਸਾਡੇ ਹੀ ਗੁਰੂਆਂ ਦੇ ਅੰਗਾਂ ਦੇ ਉੱਪਰ ਇਸ ਤਰ੍ਹਾਂ ਹਮਲੇ ਹੋ ਰਹੇ ਨੇ ਔਰ ਅਸੀਂ ਉਸ ਤੋਂ ਬਾਅਦ ਵੀ ਇੰਨੇ ਵਿਵਾਸ਼ਾਂ 'ਤੇ ਕੁਛ ਨਹੀਂ ਕਰ ਸਕਦੇ, ਤਾਂ ਮੈਨੂੰ ਜ਼ਹਿਨ 'ਚ ਆਇਆ ਕਿ ਕਿਤੇ ਨਾ ਕਿਤੇ ਸਾਡੀ ਕੌਮ ਦੁਖੀ ਆ, ਅਸੀਂ ਇੰਨੇ ਕੁ ਅਵੇਸਲੇ ਹੋ ਗਏ ਹਾਂ ਸ਼ਬਦ ਗੁਰੂ ਤੋਂ ਕਿ ਐਡਾ ਭਾਣਾ ਵਾਪਰਿਆ। ਜੇ ਅਸੀਂ ਗੁਰੂ ਨਾਲ ਜੁੜੇ ਹੁੰਦੇ ਤਾਂ ਕਦੇ ਐਡਾ ਭਾਣਾ ਨਹੀਂ ਸੀ ਵਾਪਰਨਾ, ਕੋਈ ਕੈਰੀ ਅੱਖ ਕਰਕੇ ਸਾਡੇ ਗੁਰੂ ਵੱਲ ਕਿਵੇਂ ਤੱਕ ਲੈਂਦਾ। ਸ਼ਾਇਦ ਇਸੇ ਕਰਕੇ ਮੇਰੇ ਮਨ ਵਿੱਚ ਇਹ ਰੋਸ ਵੀ ਜਾਗਿਆ ਅਤੇ ਭਾਵਨਾ ਵੀ ਪੈਦਾ ਹੋਈ ਕਿ ਮੈਂ ਤਾਂ ਪਛਤਾਪ ਕਰੂੰਗਾ, ਕਿਉਂਕਿ ਸਾਡੇ ਦੋਸ਼ ਆਪਣੇ ਨੇ ਦੋਸ਼ੀਆਂ ਨੂੰ ਇਹ ਮੌਕਾ ਦੇਣ ਲਈ ਕਿ ਉਹ ਸਾਡੇ ਗੁਰੂ ਦੇ ਅੰਗਾਂ ਨਾਲ ਇਸ ਤਰ੍ਹਾਂ ਬੇਇੱਜ਼ਤੀ ਕਰ ਸਕਣ। ਸੋ ਉਸੇ ਭਾਵਨਾ ਦੇ ਨਾਲ ਮੈਂ ਆਪਣੀ ਯਾਤਰਾ ਆਰੰਭ ਕੀਤੀ ਹੈ, ਦੁੱਖ ਨਿਵਾਰਨ ਸਾਹਿਬ ਤੋਂ ਲੈ ਕੇ ਸ਼੍ਰੀ ਟੁੱਟੀ ਗੰਢੀ ਸਾਹਿਬ ਮੁਕਤਸਰ ਸਾਹਿਬ ਤੱਕ ਬਾਇਆ ਬਰਗਾੜੀ ਹੋ ਕੇ ਜਾਊਂਗਾ, ਜਿੱਥੇ ਬਹਿਬਲ ਕਲਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਜੋ ਇਨਸਾਫ ਮੰਗ ਰਹੇ ਸੀ, ਅਤੇ ਉੱਥੇ ਲਗਾਤਾਰ ਮੋਰਚਾ ਚੱਲ ਰਿਹਾ ਹੈਗਾ। ਅਤੇ ਮੇਰਾ ਤਾਂ ਪੰਜਾਬ ਵਾਸੀਆਂ ਨੂੰ, ਸਿੱਖ ਭਰਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਸਭ ਨੂੰ ਇਹੀ ਅਪੀਲ ਆ, ਬੇਨਤੀ ਆ ਕਿ ਪਛਤਾਪ ਕਰੋ, ਹਰ ਗ੍ਰਾਂ ਦੇ ਵਿੱਚ ਇਸ ਵੇਲੇ ਇੰਨੇ ਕੁ ਇਕੱਠੇ ਹੋ ਜਾਓ ਕਿ ਹਰ ਗ੍ਰਾਂ ਦੇ ਵਿੱਚ ਬਰਗਾੜੀ ਵਰਗਾ ਮੋਰਚਾ ਲੱਗਿਆ ਹੋਵੇ ਕਿ ਸਰਕਾਰਾਂ ਮਜਬੂਰ ਹੋ ਜਾਣ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ, ਔਰ ਸਾਨੂੰ ਪਛਤਾਪ ਦੀ ਜੋ ਅਗਨ ਹੈ ਉਹ ਸਾਡੇ ਨਾਲ ਸਿੱਖੀ ਭਾਵਨਾ, ਸਵੈ ਮਾਣ ਦੀ ਭਾਵਨਾ ਦੁਆਰੇ ਜਗਾਏਗੀ ਅਤੇ ਪੰਥ ਜੋ ਖੇਰੂ ਖੇਰੂ ਹੋਇਆ ਪਿਆ ਉਹ ਇਕੱਠਾ ਹੋਏਗਾ, ਕਿਉਂਕਿ ਪੰਥ ਦੇ ਨਾਂ 'ਤੇ ਸਾਰਿਆਂ ਨੂੰ ਇਕੱਠਾ ਹੋਣਾ ਪਵੇਗਾ। ਤੁਸੀਂ ਚਾਹੇ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਦੇ ਵਿੱਚੋਂ, ਤੁਹਾਨੂੰ ਪੰਥ ਦੇ ਨਾਂ 'ਤੇ ਇਕੱਠਾ ਹੋਣਾ ਹੀ ਪਵੇਗਾ। ਇਹੀ ਗੁਰੂ ਦੀ ਮਨਸ਼ਾ ਹੈ, ਇਹਨੂੰ ਜਿੰਨੀ ਛੇਤੀ ਅਸੀਂ ਸਮਝ ਜਾਵਾਂਗੇ ਸਾਡੇ ਉੱਨੀ ਛੇਤੀ ਰਾਹ ਸੁਖਾਲੇ ਹੋ ਜਾਣਗੇ।